ਲੁਧਿਆਣਾ ਵਿਖੇ ਪਿਛਲੇ ਸਾਲ ਹੋਏ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਆਜ਼ਾਦੀ ਦਿਵਸ ਤੇ ਜਲੰਧਰ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ। ਮੁੱਖ ਮੰਤਰੀ ਕੋਲ ਪਹੁੰਚਣ ਤੋਂ ਪਹਿਲਾਂ ਹੀ ਡੀਸੀਪੀ ਗੁਰਮੀਤ ਸਿੰਘ ਨੇ ਉਹਨਾਂ ਨੂੰ ਰੋਕ ਲਿਆ ਤੇ ਉਹਨਾਂ ਤੋਂ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਦੀ ਗੱਡੀ ਵਿੱਚ ਪਰਿਵਾਰਕ ਮੈਂਬਰਾਂ ਨੂੰ ਬੱਸ ਸਟੈਂਡ ਪਹੁੰਚਾਇਆ ਗਿਆ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਭਰਾ ਨੇ ਕਿਹਾ ਕਿ ਸੱਤਾ ਧਿਰ ਦੇ ਕੌਂਸਲਰ ਦੇ ਬੇਟੇ ਨੇ ਪਿਛਲੇ ਸਾਲ ਉਸਦੇ ਭਰਾ ਦਾ ਕਤਲ ਕੀਤਾ ਸੀ, ਜਿਸ ਨੂੰ ਲੈ ਕੇ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ। ਅਸੀਂ ਤਾਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਮਨੰਡਣ ਦੇਣ ਆਏ ਸੀ, ਜਿਹੜਾ 19/7/2018 'ਚ ਮੇਰੇ ਬ੍ਰਦਰ ਦਾ ਰਿੰਕਲ ਖੇੜੇ ਦਾ ਕਤਲ ਕੀਤਾ ਗਿਆ ਗੁਰਦੀਪ ਨੇਡੂ ਕੌਂਸਲਰ ਦੇ ਬੇਟੇ ਵੱਲੋਂ। ਪਰ ਅੱਜ ਵੀ ਅਸੀਂ ਚਲੋ ਲਾਂਘਣਾ, ਇਹਨਾਂ ਨੇ ਹਜੇ ਸਾਨੂੰ ਜਾਣ ਕੇ ਮਜਬੂਰ ਕੀਤਾ ਜਾ ਰਿਹਾ ਵੀ ਅਸੀਂ ਇੱਥੇ ਪ੍ਰਸ਼ਾਸਨ ਅੱਗੇ ਇੱਥੇ ਧਰਨਾ ਦਈਏ। ਸਾਨੂੰ ਇਹ ਜੋ ਹਾਲਾਤ ਲੱਗ ਰਹੇ ਸਰਕਾਰ ਉਹਨਾਂ ਦੀ, ਸਾਡੀ ਕਿਸੇ ਪਾਸੇ ਸੁਣਵਾਈ ਨਹੀਂ, ਉਲਟਾ ਸਾਡੇ ਦੇ ਝੂਠੇ ਪਰਚੇ ਦਰਜ ਹੋ ਰਹੇ ਆ। 11 ਮਹੀਨੇ ਬਾਅਦ ਮੇਰੇ 'ਤੇ ਅਤੇ ਮੇਰੇ ਗਵਾਹਾਂ 'ਤੇ ਪਰਚਾ ਦਰਜ ਕੀਤਾ ਗਿਆ। ਅਸੀਂ ਅੱਜ ਲੁਧਿਆਣੇ ਤੋਂ ਪਿੰਡਾਂ 'ਚੋਂ ਲੁੱਕ ਲਗਾਉਂਦੇ ਆਏ ਹਾਂ, ਅਜੇ ਜਦਕਿ ਸਾਡੇ ਕਾਫੀ ਬੰਦੇ ਪਿੱਛੇ ਫੜੇ ਗਏ ਆ। ਕੋਈ ਕਿੱਦਣਾ ਅਸੀਂ ਫਿਰ ਵੀ ਨਿਕਲ ਕੇ ਜਿੱਦਾਂ ਮਰਜ਼ੀ ਇੱਥੇ ਪਹੁੰਚੇ ਹਾਂ। ਹੁਣ ਅਸੀਂ ਪ੍ਰਸ਼ਾਸਨ ਜੀ ਨੂੰ, ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਸਰ ਨੂੰ ਵੀ ਸਾਨੂੰ ਜਿੱਦਾਂ ਮਰਜ਼ੀ, ਅਸੀਂ ਤਾਂ ਮਰੰਡਣ ਦੇਣਾ ਇਹਦੇ 'ਤੇ। ਕਿਹੜਾ ਸਰ ਕੋਈ ਬੰਬ ਲੱਗਾ ਜਿਹੜਾ ਅਸੀਂ ਵੀ ਕੁਝ ਕਰ ਰਹੇ ਹਾਂ। ਤੁਹਾਡੇ ਬ੍ਰਦਰ ਦਾ ਮਰਡਰ ਕਿਉਂ ਕੀਤਾ ਸੀ ਸਰ? ਮੇਰੇ ਬ੍ਰਦਰ ਦਾ ਮਰਡਰ ਤਾਂ ਕੀਤਾ ਸੀ, ਜਿਹੜਾ ਮੇਰਾ ਬ੍ਰਦਰ ਅਕਸੀ 24 ਫਰਵਰੀ 2018 'ਚ ਇਲੈਕਸ਼ਨ ਹੋਏ, ਇਲੈਕਸ਼ਨਾਂ ਵਾਲੇ ਦਿਨ ਵੀ ਮੇਰੇ ਬ੍ਰਦਰ 'ਤੇ ਹਮਲਾ ਕੀਤਾ, ਇਲੈਕਸ਼ਨ ਰੰਜਿਤ ਸੀ। ਪਰ 19/7/2018 'ਚ ਦਿਨ ਦਿਹਾੜੇ 12:30 ਗੁਰਦੀਪ ਨੀਟੂ ਦੇ ਬੇਟੇ ਜਤਿੰਦਰਪਾਲ ਸੰਨੀ ਨੇ ਜਲੰਧਰ ਦੇ ਗੈਂਗਸਟਰ ਬੁਲਾ ਕੇ ਨਾਮੀ ਦਿਨ ਦਿਹਾੜੇ ਘਰ ਦੇ ਵਿੱਚ ਵੜ ਕੇ ਕਤਲ ਕੀਤਾ ਗਿਆ। ਕਿਹੜੇ ਪਾਰਟੀ ਤੋਂ ਬਿਲੋਂਗ ਕਰਦੇ ਸੀਗੇ? ਗੁਰਦੀਪ ਨੀਟੂ ਜਿਹੜਾ ਜੀ ਕਾਂਗਰਸੀ ਦਾ ਕੌਂਸਲਰ ਆ ਵਾਰਡ ਨੰਬਰ 52 ਦਾ ਲੁਧਿਆਣੇ ਦਾ, ਜਿਹਦਾ ਸਰਕਾਰ ਪ੍ਰਸ਼ਾਸਨ ਸਮੇਂ ਲੋ ਉਹਦੇ ਸਿਰ 'ਤੇ ਚੱਲਦੀ ਵੀ ਸਾਰੀ ਥਾਣਾ ਜੋ ਕਹਿ ਦੇਗਾ ਉਹ ਹੋਏਗਾ। ਤੇ ਤੁਹਾਡਾ ਬ੍ਰਦਰ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਜੀ? ਮੇਰਾ ਬ੍ਰਦਰ ਬੀਜੇਪੀ ਅਕਾਲੀ ਦਲ 'ਚ ਜੀ। ਤੇ ਰੰਜਿਸ਼ ਕੀ ਰਹੀ ਉਹਨਾਂ ਦੀ? ਰੰਜਿਸ਼ ਸਰ ਇਲੈਕਸ਼ਨਾਂ ਦੀ ਰੰਜਿਸ਼ ਸੀ, ਕੋਈ ਸਾਡੀ ਜਾਤੀ ਕੋਈ ਹੈ ਨਹੀਂ ਰੰਜਿਸ਼, ਕੋਈ ਇੱਦਾਂ ਦੀ ਗੱਲ ਨਹੀਂ। ਤੁਹਾਡੇ ਤੇ ਕਾਹਦਾ ਪਰਚਾ? ਸਾਡੇ ਤੇ 160 ਤੇ 188 ਦਾ ਦੇਤਾ ਜੀ, ਤੂੰ ਮੂਲ ਖਰਾਬ ਕਰਦਾ। ਅੱਜ ਤੁਸੀਂ ਇੱਥੇ ਆਏ ਹੋ ਕੀ ਕੀ? ਜੇ ਤਾਂ ਅਸੀਂ ਬੜੀ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ, ਜੇ ਤਾਂ ਕਰਤਾ ਜਦੋਂ ਹੁਣ ਸੀਐਮ ਸਾਹਿਬ ਲੰਘਣਗੇ ਫਿਰ ਅਸੀਂ ਵੀ ਮੁਜ਼ਾਹਰਾ ਕਰਾਂਗੇ ਇੱਥੇ। ਜੋ ਇਹਨਾਂ ਦਾ ਅਧਿਕਾਰ ਆ, ਜੋ ਇਹ ਕਾਨੂੰਨਾਂ ਰਾਈਟ ਕਰਨਗੇ ਸਾਨੂੰ ਮਨਜ਼ੂਰ ਆ।